ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਪੰਜਾਬ ਦੇ ਸਕੂਲਾਂ ਦੀ ਹਾਲਤ ਤੋਂ ਤਾਂ ਅਸੀਂ ਸਾਰੇ ਚੰਗੀ ਤਰ੍ਹਾਂ ਵਾਕਿਫ ਹੀ ਹਾਂ ਕਿ ਸਰਕਾਰੀ ਸਕੂਲ ਜ਼ਿਆਦਾਤਰ ਆਪਣੀ ਮਾੜੀ ਹਾਲਤ ਜਾਂ ਸਟਾਫ ਦੀ ਕਮੀ ਦੇ ਚੱਲਦਿਆਂ ਸੁਰਖੀਆਂ 'ਚ ਰਹਿੰਦੇ ਨੇ ਪਰ ਪਠਾਨਕੋਟ ਦਾ ਇਹ ਸਰਕਾਰੀ ਸਕੂਲ ਬਾਕੀ ਸਭ ਸਕੂਲਾਂ ਦੇ ਲਈ ਇੱਕ ਮਿਸਾਲ ਹੀ ਜਾਪਦਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਪਿੰਡ ਬਧਾਨੀ ਦੇ ਸਰਕਾਰੀ ਸਕੂਲ ਦੀ ਜੋ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ ਇਹ ਸਕੂਲ ਦੀ ਤਸਵੀਰ ਮੂੰਹੋਂ ਹੀ ਬੋਲ ਰਹੀ ਹੈ ਸਾਫ਼ ਸੁਥਰਾ ਮਾਹੌਲ ਵੱਖ ਵੱਖ ਸਲੋਗਨ ਅਤੇ ਕੰਧਾਂ ਉੱਤੇ ਬਣਾਈਆਂ ਗਈਆਂ ਸੁੰਦਰ ਤਸਵੀਰਾਂ ਦੇ ਨਾਲ ਨਾਲ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਇਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਕੇ ਸਟੂਡੈਂਟਸ ਹੈ ਆਜ ਹਮ ਇਹ ਬੋਲਣਾ ਚਾਹਤੇ ਹੈ ਕਿ ਹਮਾਰਾ ਇਹ ਜੋ ਸਕੂਲ ਹੈ ਪਹਿਲੇ ਇਸਕੀ ਹਾਲਤ ਬਹੁਤ ਖਰਾਬ ਥੀ ਬਟ ਹਮਾਰੇ ਜੋ ਪ੍ਰਿੰਸੀਪਲ ਮੈਮ ਹੈ ਸ਼੍ਰੀਮਤੀ ਰਘੂਵੀਰ ਕੌਰ ਉਨ੍ਹੋਂਨੇ ਇਸ ਸਕੂਲ ਕੋ ਬਹੁਤ ਮੈਂਟੇਨ ਕੀ ਹੈ ਬਹੁਤ ਡਿਵਲਪਮੈਂਟ ਕੀ ਹੈ ਸਕੂਲ ਮੇ ਅਬ ਯਹਾਂ ਪੇ ਮੈਕਸੀਮਮ ਪ੍ਰਾਈਵੇਟ ਸਕੂਲ ਸੇ ਬੱਚੇ ਆ ਰਹੇ ਹੈ ਪੜ੍ਹਨੇ ਔਰ ਹਮੇ ਯਹਾਂ ਪੇ ਪ੍ਰਾਈਵੇਟ ਸਕੂਲ ਜੈਸਾ ਹੀ ਮਾਹੌਲ ਮਿਲ ਰਹਾ ਹੈ ਮੈਮ ਨੇ ਯਹਾਂ ਪੇ ਬਹੁਤ ਜ਼ਿਆਦਾ ਇੰਪਰੂਵਮੈਂਟ ਕੀ ਹੈ ਔਰ ਬੱਚੋਂ ਕੋ ਹਰ ਇੱਕ ਮੀਡੀਅਮ ਇਨਫੈਕਟ ਜੋ ਛੋਟੀ ਕਲਾਸਿਸ ਹੈ ਉਨਮੇ ਵੀ ਇੰਗਲਿਸ਼ ਮੀਡੀਅਮ ਦੀਆ ਹੈ ਔਰ ਟੀਚਰਸ ਜੋ ਹੈ ਵੋ ਐਜ਼ ਅ ਫਰੈਂਡ ਜੋ ਹੈ ਸਭੀ ਬੱਚੋਂ ਕੋ ਟ੍ਰੀਟ ਕਰਤੇ ਹੈ ਇਸ ਸਕੂਲ ਕਾ ਮਾਹੌਲ ਬਹੁਤ ਅੱਛਾ ਹੈ ਸਭੀ ਟੀਚਰਸ ਬਹੁਤ ਅੱਛੇ ਹੈ ਫਰੈਂਡ ਕੀ ਤਰ੍ਹਾਂ ਬਿਹੇਵ ਕਰਤੇ ਹੈ ਔਰ ਪਹਿਲੇ ਆਈ ਥਿੰਕ ਕਿ ਸਰਕਾਰੀ ਸਕੂਲ ਮੇਂ ਇਤਨੀ ਜ਼ਿਆਦਾ ਪੜ੍ਹਾਈ ਨਹੀਂ ਹੋਤੀ ਬਟ ਮੁਝੇ ਯਹਾਂ ਆ ਕੇ ਲੱਗਤਾ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲੋਂ ਸੇ ਵੀ ਬੈਟਰ ਹੋਤੇ ਹੈ ਸਕੂਲ ਕਾ ਮਾਹੌਲ ਬੜਾ ਅੱਛਾ ਹੈ ਪ੍ਰਾਈਵੇਟ ਸਕੂਲ ਸੇ ਯੇ ਕੈਸੇ ਅੱਛਾ ਲਗਾ ਆਪਕੋ ਮੁਝੇ ਯੇ ਸਕੂਲ ਅੱਛਾ ਲਗਾ ਕਿਉਂਕਿ ਸਭੀ ਟੀਚਰ ਬਹੁਤ ਅੱਛਾ ਮਤਲਬ ਬੱਚੋਂ ਕੇ ਸਾਥ ਬਿਹੇਵ ਕਰਤੇ ਹੈ ਪੜ੍ਹਾਈ ਮੇਂ ਵੀ ਅੱਛੇ ਹੈ 3 ਸਾਲ ਹੋ ਗਏ ਮੁਝੇ ਯਹਾਂ ਪੇ ਆਏ ਹੋਏ ਤੋ ਜਬ ਮੈਂ ਆਈ ਥੀ ਤਬ ਮੈਨੇ ਦੇਖਾ ਥਾ ਕਿ ਇਤਨੀ ਇੰਪਰੂਵਮੈਂਟ ਨਹੀਂ ਥੀ ਕੱਚਾ ਥਾ ਸਾਰੀ ਜਗ੍ਹਾ ਜੈਸੇ ਬਾਰਿਸ਼ ਹੈ ਅੱਜ ਕੱਲ੍ਹ ਕਾ ਮੌਸਮ ਹੈ ਤੋ ਪਾਣੀ ਬਹੁਤ ਬਹਿ ਯਹਾਂ ਪੇ ਇਕੱਠਾ ਹੋ ਜਾਤਾ ਥਾ ਤੋ ਮੈਮ ਨੇ ਕਾਫੀ ਕਾਮ ਕਰਾਇਆ ਟੀਚਰਸ ਨੇ ਵੀ ਕੰਟਰੀਬਿਊਸ਼ਨ ਕਰੀ ਹੈ ਔਰ ਆਸ ਪਾਸ ਸੇ ਵੀ ਕਾਫੀ ਪੈਸੇ ਇਕੱਠੇ ਕਰਕੇ ਔਰ ਯਹਾਂ ਪੇ ਕਾਫੀ ਕੰਟਰੀਬਿਊਸ਼ਨ ਕੀ ਹੈ ਪ੍ਰੋਗਰੈਸ ਹੋਈ ਹੈ ਯੇ ਲਾਇਬ੍ਰੇਰੀ ਥੀ ਯਹਾਂ ਪੇ ਬਹੁਤ ਉਸਕੀ ਹਾਲਤ ਖਰਾਬ ਥੀ ਔਰ ਅਬ ਨਈ ਬਿਲਡਿੰਗ ਬਨ ਗਈ ਹੈ ਰੂਮਸ ਬਨੇ ਹੈ ਇੱਕ ਰੂਮ ਯਹਾਂ ਬਨਾ ਹੈ ਔਰ ਪੇਂਟ ਕੀਆ ਸਾਰਾ ਕੁਛ ਜਗ੍ਹਾ ਜਗ੍ਹਾ ਯੇ ਸਲੋਗਨਸ ਵਗੈਰਾ ਲਗਾਏ ਹੈ ਤੋ ਅੱਛਾ ਲੱਗ ਰਿਹਾ ਹੈ ਬੱਚੋਂ ਕੀ ਸਟਰੈਂਥ ਬੜੀ ਹੈ ਪ੍ਰਾਈਵੇਟ ਸਕੂਲ ਸੇ ਕਾਫੀ ਬੱਚੇ ਆਏ ਹੈ ਕਿਉਂਕਿ ਯਹਾਂ ਕੋਈ ਵੀ ਪੋਸਟ ਖਾਲੀ ਨਹੀਂ ਹੈ ਔਰ ਟੀਚਰਸ ਬਹੁਤ ਮਿਹਨਤੀ ਹੈ ਤੋ ਐਕਸਟਰਾ ਕਲਾਸਿਸ ਵੀ ਲੇਤੇ ਹੈ ਤੋ ਇਸ ਵਜ੍ਹਾ ਸੇ ਕਾਫੀ ਬੱਚੇ ਜੋ ਹੈ ਪ੍ਰਾਈਵੇਟ ਸਕੂਲ ਸੇ ਵੀ ਆਏ ਹੈ ਔਰ ਵੈਸੇ ਵੀ ਗਵਰਨਮੈਂਟ ਸਕੂਲਸ ਕੇ ਤੋਂ ਨਹੀਂ ਥੇ ਜੋ 8th ਕੇ ਹੈ ਵੋ ਵੀ ਯਹਾਂ ਨਹੀਂ ਥੇ ਪੜ੍ਹਾਈ ਕਾ ਸਟੈਂਡਰਡ ਅੱਛਾ ਹੈ ਰਿਜ਼ਲਟ ਹਮੇਸ਼ਾ ਹੀ 100% ਆਤਾ ਹੈ ਇਸ ਵਾਰ ਮਤਲਬ ਕਿ ਸਭ ਕਾ ਹੀ ਰਿਜ਼ਲਟ 100% ਰਹਾ ਹੈ ਫੋਰ ਐਵਰੀ ਸਬਜੈਕਟ ਦੇਖੀਏ ਐਸਾ ਹੈ ਕਿ ਹਮ ਲੋਕ ਸ਼ੁਰੂ ਸੇ ਹੀ ਕਾਮ ਕਰਨੇ ਮੇਂ ਵਿਸ਼ਵਾਸ ਰੱਖਤੇ ਹੈ ਮੁਝੇ ਯਹਾਂ ਪੇ 5 ਸਾਲ ਹੋ ਗਏ ਆਏ ਹੋਏ ਔਰ ਡੇ 1 ਸੇ ਹਮ ਕੁਛ ਨਾ ਕੁਛ ਕਰ ਰਹੇ ਹੈ ਬਟ ਜਬ ਸੇ ਹਮਾਰੇ ਸੈਕਰਟਰੀ ਸਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਜੁਆਇਨ ਕੀਆ ਅੱਜ ਸੇ 2.5 ਸਾਲ ਪਹਿਲੇ ਉਨ੍ਹੋਂਨੇ ਹਮੇ ਐਸੀ ਮੋਟੀਵੇਸ਼ਨ ਐਸੀ ਗਾਈਡੈਂਸ ਦੀ ਕਿ ਆਪ ਆਪਣੇ ਸਕੂਲੋਂ ਕੋ ਬਹੁਤ ਅੱਛਾ ਕੀਜੀਏ ਤੋ ਉਸੀ ਸੀਰੀਅਲ ਆਰਡਰ ਮੇਂ ਹਮ ਉਨਕੀ ਇੰਸਟ੍ਰਕਸ਼ਨਸ ਕੋ ਫੋਲੋ ਕਰਤੇ ਹੈ ਔਰ ਹਮ ਲੋਕ ਯੇ ਜੋ ਡਿਵੈਲਪਮੈਂਟਸ ਆਪ ਦੇਖ ਰਹੇ ਹੈ ਤੋ ਵੋ ਕਰਤੇ ਹੈ ਇਸਮੇਂ ਕੰਟ੍ਰਿਬਿਊਸ਼ਨ ਜੋ ਹੈ ਵੋ ਟੀਚਰਸ ਕੀ ਕਮਿਊਨਿਟੀ ਕੀ ਔਰ ਆਈਡੀਆਜ਼ ਜੋ ਹੈ ਵੋ ਸਾਰੇ ਟੀਚਰਸ ਕੇ ਹੈ ਔਰ ਇਸੀ ਤਰ੍ਹਾਂ ਸੇ ਹਮ ਇਸ ਪਾਥ ਪੇ ਹੈ ਔਰ ਯੇ ਨੈਵਰ ਐਂਡਿੰਗ ਪ੍ਰੋਸੈਸ ਹੈ ਔਰ ਯੇ ਚੀਜ਼ ਜੋ ਚਲਤੀ ਰਹੇਗੀ
मैम सरकार की तरफ से तो फंड्स वगैरह आते रहते हैं, क्या आप टीचर्स की तरफ से भी अपना कुछ सहयोग दिया गया है, लोगों के लोगों ने भी सहयोग दिया है? जी डेफिनेटली, वैसे तो हम ज़्यादा कम्युनिटी से मांगते नहीं हैं, बट जहाँ कहीं हमें लगे कि हमारे बस की बात नहीं है ये, तो हम हेल्पलेस हैं, तो वहाँ पर वो हमारी हेल्प करते हैं, डेफिनेटली करते हैं। इस बार राउंड अबाउट 200 स्टूडेंट्स रफली अगर मैं बताऊँ तो प्राइवेट स्कूल से आए हैं बच्चे। 11th में हमारी जो एडमिशन है वो 90% स्टूडेंट्स जो हैं वो प्राइवेट स्कूल से हैं। उसका रीज़न ये है कि एक तो हमारा जो फैकल्टी है यहाँ पे कंप्लीट है, और जब लुक्स होंगे स्कूल के अच्छे और डेडिकेटेड टीचर्स होंगे तो ऑब्वियसली ये जो हवा जाती है एक समाज में वो अच्छी जाती है, तो बच्चे जो हैं इवन 30 किलोमीटर दूर से हमारे स्कूल में पढ़ने के लिए आते हैं। जेकर सच बोलना सच लिखना बगावत है तो समझो असी बागी हाँ। सच अते हक दी आवाज, दुनिया दे हर कोने कोने दी गल, पंजाब टीवी करेगा सच दा खुलासा। तुसी देखते रहो पंजाब टीवी, सच अते हक दी आवाज़।